ਦੋਸਤੋ, ਗਜ਼ਲ ਦੇ ਕੁਝ ਸ਼ੇਰ ਹਾਜ਼ਰ ਨੇ ਤੁਹਾਡੇ ਵਾਸਤੇ ਮੇਰੀ 94ਵੀਂ ਗਜ਼ਲ ਪੁਸਤਕ ਇਤਫਾਕ ਵਿੱਚੋਂ। ਕਿ ਅਕਲ ਦਾ ਅਸਲ ਟਿਕਾਣਾ ਹੁੰਦਾ ਹੈ ਚੁੱਪ ਦੀ ਚਾਰ ਦੀਵਾਰੀ ਅੰਦਰ, ਘੁੰਮ ਘੁਮਾ ਕੇ ਵੇਖ ਲਿਆ ਮੈਂ ਭਟਕਣ ਤੇਜ਼ ਤਰਾਰੀ ਅੰਦਰ। ਥਿੜਕੇ ਪੈਰ ਸੰਭਾਲ ਲਵੋਗੇ ਪਰ ਨਾ ਭੁੱਲਿਓ ਅਸਲੀ ਮੰਤਰ, ਥਿੜਕੀ ਜੀਭ ਤਬਾਹ ਕਰ ਦੇਵੇ ਹਸਤੀ ਦੁਨੀਆਂ ਸਾਰੀ ਅੰਦਰ। ਇਸ ਜ਼ਿੰਦਗੀ ਦਾ ਸੋਚ ਸਲੀਕਾ ਕੁੱਖ ਤੋਂ ਸਿਵਿਆਂ ਤੀਕ ਨਿਭੇਗਾ, ਕਿਉਂ ਪਾਲਾਂ ਮੈਂ ਨਾਗ ਦੇ ਬੱਚੇ ਮਨ ਦੀ ਸੋਚ ਪਟਾਰੀ ਅੰਦਰ। ਉਹ ਖੁਸ਼ਬੂਈਆਂ ਕਿੱਥੇ ਮੋਈਆਂ, ਲੱਭਦਾ ਮੁੱਕ ਚੱਲਿਆ ਹਾਂ, ਵੇਲਾਂ ਵੇਲੇ ਜੋ ਹੁੰਦੀਆਂ ਸੀ ਫੁੱਲਾਂ ਭਰੀ ਕਿਆਰੀ ਅੰਦਰ। ਉਹ ਖੁਸ਼ਬੂਈਆਂ ਕਿੱਥੇ ਮੋਈਆਂ, ਲੱਭਦਾ ਮੁੱਕ ਚੱਲਿਆ ਹਾਂ, ਫੁੱਲਾਂ ਵੇਲੇ ਜੋ ਹੁੰਦੀਆਂ ਸੀ ਫੁੱਲਾਂ ਭਰੀ ਕਿਆਰੀ ਅੰਦਰ। ਮਨ ਦਾ ਪੰਛੀ ਉੱਡਣਾ ਚਾਹੁੰਦਾ ਅੰਬਰੋਂ ਪਾਰ ਤੋਂ ਮੇਲ ਤੋਂ ਅੱਗੇ, ਮਰ ਚੱਲੇ ਹਾਂ ਕੈਦੀ ਬਣ ਕੇ ਕੈਸੀ ਦੁਨੀਆਦਾਰੀ ਅੰਦਰ। ਤੋੜ ਦਿਓ ਜੰਜੀਰਾਂ ਪੈਰੋਂ ਸੰਗਲ ਬੱਧੇ ਨੱਕ ਨਕੇਲਾਂ, ਅਗਨ ਲਗਨ ਦੀ ਸਾਂਝੀ ਸ਼ਕਤੀ ਭਰ ਕੇ ਸੱਟ ਕਰਾਰੀ ਅੰਦਰ। ਤੋੜ ਦਿਓ ਜੰਜੀਰਾਂ ਪੈਰੋਂ ਸੰਗਲ ਬੱਧੇ ਨੱਕ ਨਕੇਲਾਂ, ਅਗਨ ਲਗਨ ਦੀ ਸਾਂਝੀ ਸ਼ਕਤੀ ਭਰ ਕੇ ਸੱਟ ਕਰਾਰੀ ਅੰਦਰ। ਵਕਤ ਹਿਸਾਬ ਲਵੇਗਾ ਇੱਕ ਦਿਨ ਤਾਜ ਤਖ਼ਤ ਦੇ ਸਾਈਆਂ ਕੋਲੋਂ, ਕਿੱਥੇ ਕਿੰਨੇ ਲੋਕ ਨੇ ਤਾੜੇ, ਕਿੱਥੇ ਕਿੰਨੇ ਲੋਕ ਲਿਤਾੜੇ, ਮਰ ਗਏ ਜੋ ਲਾਚਾਰੀ ਅੰਦਰ। ਵਕਤ ਹਿਸਾਬ ਲਵੇਗਾ ਇੱਕ ਦਿਨ ਤਾਜ ਤਖ਼ਤ ਦੇ ਸਾਈਆਂ ਕੋਲੋਂ, ਕਿੰਨੇ ਕਿੱਥੇ ਲੋਕ ਲਿਤਾੜੇ, ਮਰ ਗਏ ਜੋ ਲਾਚਾਰੀ ਅੰਦਰ। ਅਕਲ ਦਾ ਅਸੀਂ ਟਿਕਾਣਾ ਹੁੰਦਾ ਚੁੱਪ ਦੀ ਚਾਰ ਦੀਵਾਰੀ ਅੰਦਰ, ਘੁੰਮ ਘੁਮਾ ਕੇ ਵੇਖ ਲਿਆ ਮੈਂ ਭਟਕਣ ਤੇਜ਼ ਤਰਾਰੀ ਅੰਦਰ। ਧੰਨਵਾਦ ਤੁਹਾਡਾ ਆਪਣਾ ਗੁਰਭਜਨ ਗਿੱਲ।